ਅੱਖਾਂ ਵਿੱਚ ਮੇਰੀ ਪੜ੍ਹ ਲਾ ਤੇਰੇ ਲਈ ਇਸ ਜਗ ਨਾ ਲੜ ਲਾ ਜਿੰਨੀ ਵੀ ਰਹਿ ਗਈ ਹੁਣ ਉਮਰਾਂ ਉਨੇ ਚਿਰ ਹੱਥ ਤੇਰਾ ਫੜਨਾ ਸੋ ਹੈ ਗਾਇਸ ਕੀ ਅੱਜ ਸਭ ਤੋਂ ਸਾਰੇ ਵਧੀਆ ਹੋਵੋਗੇ ਲੈਮਨੇਡ ਦਿਲਜੀਤ ਦਸਾਂਝ ਆਜੋ ਸੁਣਦੇ ਹਾਂ क्या पता ओ मुंडा हुंदा धुप्पा विच टैन कुड़ी है यार वोकल इतनी प्यारी है तो सिंगल वोकल नहीं मेनू फील हो रही मेनू पता नहीं मेनू पिचेस से भी फील हो रहा है हल्का हल्का कि कोई डबल वोकल या कुछ ऐसा डिस्टॉर्ट किया या हल्का जा वोकल में कुछ ऐसा किया है इन्होंने ठीक है तो उस तो बाद तुसी देखो थल्ले पीछे जड़ी बेस बज रही है ठुम ठुम ओ मुंडा हुंदा धुप्पा विच टैन कुड़ी है नी तू कदे लाए नी ओ अखियां तो शेड इत्थे जट पानी भी नी पौंदा सोणीए तैनू तेरी दारू च पसंद है लैवेने मुंडा हुंदा धुप्पा विच टैन कुड़ी है नी तू कदे लाए नी ओ अखियां तो शेड इत्थे जट पानी भी नी पौंदा सोणीए तैनू तेरी दारू च पसंद है लैवेने मैंने बंदा कभी डिसअपॉइंट नहीं करता कभी डिसअपॉइंट क्या बीट है यार कुड़ी जे मैं निकली है किसे रोमांटिक गाने चो ओहदी स्नैपचैट ते मुंडा लबे ठाणे चो तू नबे स्नैपचैट ते मुंडा लबे ठाणे चो तू लबदी है स्नैपचैट ते मुंडा लबे ठाणे चो मैं ते करायो वाइट कुड़ी नु ओ मंगदी मेरा फोन है साडे पुठे कम सोणी है 24 घंटे ऑन है ओ जदों देखे जट्टा दे सुभा अथरे तेरे लव शव सारे हो जाने आ फेड इत्थे जट पानी भी नहीं पौंदा सोणीए तैनू तेरी दारू च पसंद है लैवेने ओ मुंडा हुंदा धुप्पा विच टैन कुड़ीए नी तू कदे लाए नी ओ अखियां तो शेड हथा ना मुँह खज लिया मैं क्या चल दे नी आट प्राइवेट अज लिया कदे बिलो सी साइड कदे जट ते किथे नी तू समझेगी जट्टा दे ट्रेड लिरिक्स किदा यार ਸੋਹਣੇ ਲਿਰਿਕਸ ਯਾਰ ਲੈਮਨੇਡ ਦੇ ਲਿਰਿਕਸ ਕਿਹਦੇ ਆ ਮੈਨੂੰ ਜ਼ਰੂਰ ਦੱਸਿਓ ਬਾਈ ਜੇ ਕਿਸੇ ਨੂੰ ਪਤਾ ਹੋਵੇ ਰਾਜਵੀਰ ਦੇ ਅੱਗੇ ਚਲੋ ਅੱਗੇ ਪਤਾ ਲੱਗ ਹੀ ਜਾਣਾ ਵੈਸੇ ਤਾਂ ਆਪਾਂ ਨੂੰ ਸਾਈਡ ਕਦੇ ਜੱਟ ਤੇ ਕਿੱਥੇ ਨਹੀਂ ਤੂੰ ਸਮਝੇਂਗੀ ਜੱਟਾਂ ਦੇ ਟ੍ਰੇਡ ਇੱਥੇ ਜੱਟ ਪਾਣੀ ਵੀ ਨਹੀਂ ਪਾਉਂਦਾ ਸੋਣੀਏ ਤੈਨੂੰ ਤੇਰੀ ਦਾਰੂ ਚ ਪਸੰਦ ਹੈ ਲੈਮਨੇ ਉਹ ਮੁੰਡਾ ਹੁੰਦਾ ਧੁੱਪਾਂ ਵਿੱਚ ਟੈਨ ਕੁੜੀਏ ਨਹੀਂ ਤੂੰ ਕਦੇ ਲਾਏ ਨਹੀਂ ਉਹ ਅੱਖੀਆਂ ਤੋਂ ਸ਼ੇਡ यार उस बंदे ने बीट नो इन्ना कैची बना रखा है इन्ना सरल लग रहा है इंटेंस मेरे तुसी क्या बात है क्या बात है मतलब हर चीज इन्नी सोहनी है कि वाह फ्रेश एल्बम इन्नी फ्रेश फील हो रही है बहुत एल्बम्स आई हैं बहुत कुछ आया ठीक है दलजीत दी जिस तो पहला एल्बम आई सी मून चाइल्ड एरा वो भी इन्नी फ्रेश फील होंदी सी ठीक है हाँ गोट च कुछ ऐसे ट्रैक सी जो सुन के ऐसा फील होंदा सी कि यार इदा तो चीज पहला भी सोहनी हुई है ठीक है बट मून चाइल्ड एरा ड्राइव थ्रू
ਡਰਾਈਵ ਥਰੂ ਨਾਮ ਹੀ ਕਿੰਨਾ ਫਰੈਸ਼ ਹੈ ਨਾ, ਮਤਲਬ ਬਹੁਤ ਡਿਫਰੈਂਟ ਆ। ਤੁਸੀਂ ਆਹ ਪੋਸਟਰ ਹੀ ਦੇਖ ਲਓ, ਪੋਸਟਰ ਦੇ ਵਿੱਚ ਐਲਬਮ ਦੇ ਜਿੰਨੇ ਗਾਣੇ ਨੇ ਉਹਨਾਂ ਸਾਰੇ ਦਿੱਤੇ ਹੈਗੇ, ਪਿੱਛੇ ਉਹ ਫਿਸ਼ ਹੈ ਜਿਹੜੀ ਕੈਵੀਅਰ ਕੁਛ ਕਰਕੇ ਇਹਨੇ ਨਾਮ ਰੱਖਿਆ, ਉਹ ਟਰੈਕ ਰੈੱਡ ਚਿੱਲੀ ਵੀ ਹੈਗੀ ਹੈ, ਵਨੀਲਾ ਦੀ ਜਗ੍ਹਾ ਚਲੋ ਚੌਕਲੇਟ ਰੱਖੀ ਹੋਈ ਆਈਸਕ੍ਰੀਮ, ਬਟ ਵਨੀਲਾ ਗਾਣਾ ਹੈਗਾ। ਫਿਰ ਥੱਲੇ ਲੈਮਨੇਟ ਗਾਣਾ ਜਿਹੜਾ ਆਪਾਂ ਕਰ ਰਹੇ ਉਹ ਡਰੋਰ 'ਚ ਪਿਆ, ਗੇਅਰ ਦੇ ਉੱਤੇ ਫਿਰ ਉਹ ਪੀਚ ਪਈ ਹੈ, ਮਤਲਬ ਕਿਆ ਬਾਤ ਹੈ। ਦਲਜੀਤ ਉਹਨਾਂ ਸਾਰੇ ਚੀਜ਼ਾਂ ਦੇ ਵਿੱਚ ਹੈ, ਠੀਕ ਹੈ, ਵਾਹ ਕਿਆ ਬਾਤ ਹੈ। ਅਤੇ ਡਰਾਈਵ ਥਰੂ ਉੱਥੇ ਲਿਖਿਆ ਹੋਇਆ ਜਿੱਥੇ ਜਿਵੇਂ ਕੈਂਡੀ ਲੈਮ ਵਗੈਰਾ ਡੈਸ਼ਬੋਰਡ 'ਤੇ ਲਿਖਿਆ ਹੁੰਦਾ ਨਾ ਉਹਨਾਂ ਗੱਡੀਆਂ ਦੇ ਅੰਦਰ, ਡਰਾਈਵ ਥਰੂ ਲਿਖਿਆ ਹੋਇਆ। ਇਸ ਪੋਸਟਰ ਬਣਾਉਣ ਵਾਲੇ ਨੂੰ ਵੀ ਮਾਸ਼ਾਅੱਲਾ ਸਲੂਟ ਆ ਮੇਰਾ, ਕਿਆ ਬਾਤ ਆ ਬਈ, ਬਹੁਤ ਸੋਹਣਾ ਕੰਮ ਕੀਤਾ ਦਲਜੀਤ ਭਾਜੀ। ਮਤਲਬ ਨਾ ਦਲਜੀਤ ਹੁਣ ਇੱਦਾਂ ਦੀ ਚੀਜ਼ ਬਣ ਚੁੱਕਿਆ ਆ ਬੰਦਾ, ਉਹ ਕਿ ਨਾ ਉਹਦੇ ਤੋਂ ਕੁਛ ਨਵਾਂ, ਉਹਦੇ ਤੋਂ ਕੁਛ ਡਿਫਰੈਂਟ ਐਕਸਪੈਰੀਮੈਂਟ ਤੋਂ ਐਕਸਪੈਕਟ ਕਰਨਾ ਕੋਈ ਗਲਤ ਨਹੀਂ ਹੈਗਾ। ਅਤੇ ਉਹ ਬੰਦਾ ਕਦੀ ਤੁਹਾਨੂੰ ਇੱਦਾਂ ਨਹੀਂ ਫੀਲ ਕਰਾਏਗਾ ਕਿ ਨਹੀਂ ਯਾਰ ਗੱਲ ਨਹੀਂ ਬਣੀ। ਪਹਿਲੀ ਵਾਰ ਸੁਣਨ 'ਚ ਭਾਵੇਂ ਤੁਹਾਨੂੰ ਲੱਗ ਜਾਏ ਕਿ ਆਹ ਕੀ ਹੋ ਡਿਫਰੈਂਟ ਜਿਹਾ ਕੁਛ, ਹੈ ਨਾ। ਕਿਉਂਕਿ ਦੇਖੋ ਅੱਜ ਕੌਫੀ ਹਰ ਬੰਦਾ ਮੰਗਦਾ, ਠੀਕ ਹੈ, ਸਟਾਰਬਕਸ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਪੀਂਦੇ ਹਾਂ ਆਪਾਂ ਕੌਫੀ, ਹੈ ਨਾ, ਬਰਿਸਤਾ। ਬਟ ਜਦੋਂ ਕੌਫੀ ਨਵੀਂ ਨਵੀਂ ਆਈ ਸੀ ਨਾ, ਆਪਣੇ ਡੈਡੀ ਹੋਰਾਂ ਨੂੰ ਮੰਮੀ ਹੋਰਾਂ ਨੂੰ ਪੁੱਛਿਓ ਕਿ ਨਾ ਇਹ ਕਹਿੰਦਾ ਤੁਸੀਂ ਸੁੱਟੋ ਇਹਨੂੰ ਆ ਕੇ ਕੌੜਾ ਕੌੜਾ ਜਿਹਾ, ਠੀਕ ਹੈ, ਫਰਕ ਹੈ, ਟਾਈਮ ਲੱਗਦਾ ਟੇਸਟ ਨੂੰ ਅਬਜ਼ਰਵ ਕਰਨ 'ਚ। ਸੋ ਨਾਈਸ ਚੀਜ਼, ਬਹੁਤ ਡਿਫਰੈਂਟ ਚੀਜ਼ ਹੈ, ਠੀਕ ਆ। ਜੁੜੇ ਮਤਲਬ ਇੱਕ ਆਮ ਸਟਰੀਟ ਸਟਰੀਟ ਦੀਆਂ ਗੱਲਾਂ ਨੇ, ਲੋਕਾਂ ਨਾਲ ਜੁੜੀਆਂ ਹੋਈਆਂ ਗੱਲਾਂ ਨੇ, ਠੀਕ ਆ, ਕਿਵੇਂ ਇੱਕ ਕਪਲ ਆਪਸ 'ਚ ਗੱਲ ਕਰ ਰਿਹਾ ਉਸ ਚੀਜ਼ ਬਾਰੇ ਆ, ਠੀਕ ਆ। ਅਤੇ ਉਹ ਓਬਵੀਅਸਲੀ ਚੀਜ਼ਾਂ ਚੱਲਣੀ ਚੱਲਣੀ ਆ, ਹਿੱਟ ਆ। ਅਤੇ ਬਾਕੀ ਦੈਟਸ ਆਲ, ਮਿਲਦੇ ਛੇਤੀ ਨਵੇਂ ਰਿਐਕਸ਼ਨ ਆ। ਸਤਿ ਸ਼੍ਰੀ ਅਕਾਲ।